ਅਸਲਾਮੁਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਈ ਵੀਡੀਓ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਵੀਰ ਭਰਾ ਖੈਰੀਅਤ ਨਾਲ ਹੋਣਗੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ, ਅਨਮੋਲ ਚੈਨਲ ਤੁਹਾਡੇ ਵਾਸਤੇ ਹਰ ਰੋਜ਼ ਅਨਮੋਲ ਤੇ ਅੱਛੇ ਅੱਛੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦਾ ਹੈ, ਇਸੇ ਤਰ੍ਹਾਂ ਰੋਜ਼ਾਨਾ ਦੀ ਨਿਸਬਤ ਅੱਜ ਅਸੀਂ ਤੁਹਾਡੇ ਵਾਸਤੇ ਇੱਕ ਦੂਜਨ ਮਾਈ ਦੀ ਵੀਡੀਓ ਲੈ ਕੇ ਆਏ ਹਾਂ। ਅਸੀਂ ਉਮੀਦ ਕਰਾਂਗੇ ਕਿ ਸਾਡੇ ਭਰਾਵਾਂ ਨੂੰ, ਸਾਡੇ ਸੱਜਣਾ ਬੇਲੀਆਂ ਨੂੰ ਮੱਝ ਪਸੰਦ ਆਏਗੀ, ਸੌਦੇ ਨਸੀਬਾਂ ਦੇ ਨੇ। ਮੇਰਾ ਕੈਮਰਾਮੈਨ ਤੁਹਾਨੂੰ ਮੱਝ ਦਿਖਾਏਗਾ, ਉਸ ਤੋਂ ਬਾਅਦ ਆਪਾਂ ਮਜ਼ੀਦ ਮਾਲਕ ਕੋਲ ਪੁੱਛਾਂਗੇ ਕਿ ਮੱਝ ਪਿਛਲੇ ਸੂਏ ਕਿੰਨਾ ਦੁੱਧ ਕਰਦੀ ਰਹੀ ਹੈ, ਹੁਣ ਸੂਣ 'ਚ ਕਿੰਨੇ ਦਿਨ ਲੈਂਦੀ ਹੈ, ਕਿੰਨੀ ਇਹਦੀ ਡਿਮਾਂਡ ਹੈ। ਇਹ ਸਾਰੀਆਂ ਗੱਲਾਂ ਮਾਲਕ ਕੋਲ ਪੁੱਛਣੇ ਮੱਝ ਦੇਖਣ ਤੋਂ ਬਾਅਦ। ਮੱਝ ਦਿਖਾਓ ਕੈਮਰਾਮੈਨ ਸਾਹਿਬ। ਇੱਕ ਹੱਡੀ ਦੀ ਮੱਝ ਹੈ, ਧੁੰਨੀ ਕੌੜੀ ਬਿਲਕੁਲ ਸਾਫ਼ ਹੈ, ਸੋਹਣੇ ਸਿੰਘ ਨੇ, ਬੱਲਾ ਮੱਥਾ, ਅੱਖਾਂ ਦੇ ਵਿੱਚ ਕੁਕਰੇ ਨੇ ਮੱਝ ਦੇ। ਥਣ ਬਹੁਤ ਸੋਹਣਾ ਲੱਗਿਆ ਮਾਸ਼ਾਅੱਲਾ, ਪੂਰਾ ਮੁੱਠ ਪਾਰ ਤੇ ਸੋਹਣੀਆਂ ਬਿਰਲਾਂ ਤੇ ਨੇ ਥਣ, ਪਤਲੀ ਬਰੀਕ ਕੁਸ਼ਲੇ। ਜਿਹੜੀ ਦੁੱਧ ਵਾਲੀ ਮੱਝ ਦੀ ਤੇ ਪਿਓਰ ਨੀਲੀ ਦੀ ਖਾਸ ਨਿਸ਼ਾਨੀ ਹੈ। ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਕਿ ਜਿਹੜੇ ਬਟਨ ਨੇ ਨਾ, ਉਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾਏਗਾ ਇਕਾਬ ਦੀਆਂ ਨਜ਼ਰਾਂ ਨਾਲ। ਮੱਝ ਡਰਦੀ ਪਈ ਹੈ, ਇਹ ਦੇਖ ਲਓ, ਇਹ ਬਟਨ ਨਜ਼ਰ ਆ ਰਹੇ ਨੇ, ਇਹ ਜਿਹੜੀਆਂ ਵੱਧਰਾਂ ਨੇ, ਇਹ ਹਾਲੇ ਮੱਝ ਨੇ ਭਰਨੀਆਂ ਨੇ। ਹਵਾਨਾ ਬਹੁਤ ਸੋਹਣਾ ਇਨਸ਼ਾਅੱਲਾ ਬਣਾਏਗੀ। ਮਜ਼ੀਦ ਦੇ ਮਾਲਕ ਤੋਂ ਪੁੱਛਦੇ ਹਾਂ ਕਿ ਕਿੰਨੇ ਦਿਨ ਲੈਂਦੀ ਸੋਹਣ। ਠੀਕ ਹੋ ਗਿਆ, ਬੰਨ ਦਿਓ। ਲਓ ਜੀ, ਮੱਝ ਦੇਖ ਲਈ, ਹੁਣ ਆਪਾਂ ਮਾਲਕ ਨੂੰ ਬੁਲਾਉਂਦੇ ਹਾਂ ਅਤੇ ਮਜ਼ੀਦ ਉਹਨਾਂ ਕੋਲ ਪੁੱਛ ਲੈਂਦੇ ਸਾਰੀਆਂ ਗੱਲਾਂ। ਆ ਜਾਓ ਬਾਈ ਜਾਨ, ਅਸਲਾਮੁਅਲੈਕੁਮ ਬਾਈ ਜਾਨ, ਕੀ ਹਾਲ? ਕੀ ਨਾਮ ਹੈ ਜੀ ਆਪਣਾ? ਅਖਤਰ ਬਾਈ, ਮੱਝ ਨੇ ਕਿੰਨਵਾਂ ਸੂਆ ਸੁਣਿਆ? ਦੂਸਰਾ ਸੂਆ ਸੁਣਿਆ। ਕਿੰਨੇ ਕੁ ਦਿਨ ਲੈਂਦੀ ਸੂਆ? 8 ਤੋਂ 10 ਦਿਨ ਲੈਂਦੀ। ਅੱਛਾ, 8-10 ਦਿਨ ਲੈ ਜਾਏਗੀ। ਪਿਛਲੇ ਸੂਏ ਜਿਹੜਾ ਸੂਆ ਤੁਸੀਂ ਪੀਤਾ, ਕਿੰਨਾ ਦੁੱਧ ਕਰਦੀ ਰਹੀ ਮੱਝ? 12 ਤੋਂ 13 ਗੜਵੀ। 12 ਤੋਂ 13 ਗੜਵੀਆਂ ਕਰਦੀ ਰਹੀ ਠੰਡਾ ਦੁੱਧ, ਬੱਚੇ ਨੂੰ ਛੱਡ ਕੇ? ਬੱਚੇ ਛੱਡ ਕੇ। ਠੀਕ ਹੋ ਗਿਆ, ਪਿੱਛਾ ਪਿੱਛਾ ਤਾਂ ਨਹੀਂ ਕੱਢਦੀ? ਪੱਕੀ ਗੱਲ? ਥਣ ਵੀ ਠੀਕ ਨੇ? ਬਿਲਕੁਲ ਸਾਫ਼। ਠੀਕ ਹੋ ਗਿਆ। ਇਹ ਜਿਹੜੀਆਂ ਗੱਲਾਂ ਮੈਂ ਤੈਨੂੰ ਪੁੱਛ ਰਿਹਾ, ਅਗਰ ਇਹਨਾਂ ਦੇ ਵਿੱਚ ਕੋਈ ਫਰਕ ਆਇਆ ਤੇ ਮੱਝ ਤੇਰੇ ਕਿੱਲੇ ਤੇ ਆ ਜਾਣੀ, ਗੱਡੀ ਦਾ ਕਿਰਾਇਆ ਵੀ ਤੈਨੂੰ ਪਾ ਦੇਣਾ। ਬਿਲਕੁਲ ਠੀਕ ਹੈ ਨਾ? ਅਗਰ ਮੱਝ ਪਿੱਛਾ ਕੱਢਦੀ ਹੋਈ ਜਾਂ ਥਣਾਂ ਦੇ ਵਿੱਚ ਕੋਈ ਫਾਲਟ ਹੋਇਆ, ਆਪਦੀ ਚੈੱਕ ਕਰਕੇ ਲਿਜਾਓ। ਠੀਕ ਹੋ ਗਿਆ। ਤੇ ਇਹਦੇ ਵਿੱਚ ਆਪਣਾ ਮੁੱਲ ਦੱਸੋ ਇਹਦਾ, ਪਿਆਰ ਮੁੱਲ? ਮੱਝ ਵੇਖ ਲਓ, ਮੱਝ ਵੇਖ ਕੇ ਮੁੱਲ ਤੁਸੀਂ ਆਪ ਹੀ ਦੱਸ ਦਿਓ। ਨਹੀਂ, ਅਸੀਂ ਤਾਂ ਫਿਰ ਦੱਸ ਦਿਆਂਗੇ ਨਾ ਜਦੋਂ ਅਸੀਂ ਲਵਾਂਗੇ, ਸਾਨੂੰ ਤੁਸੀਂ ਦੱਸੋ ਨਾ ਤੁਸੀਂ ਵੇਚਣੀ ਹੈ ਤੇ ਪਿਆਰ ਮੁਹੱਬਤ ਵਾਲਾ ਮੱਝ ਵੇਖ ਕੇ ਯਾਰ ਮੱਝ ਦਾ ਮੁੱਲ ਕਰ ਲਓ ਜਿੰਨੇ ਦੀ ਮੱਝ ਹੈਗੀ। ਤੂੰ ਦੱਸ ਦੇ ਨਾ, ਤੇਰੇ ਤੇ ਕਿਹੜਾ ਸਾਨੂੰ ਬੇਅਤਬਾਰੀ? ਮੁੱਲ ਇਹਦਾ 30, 2-30, 2,30,000। ਹਾਂਜੀ, ਇਹਦੇ ਵਿੱਚ ਕੁਛ ਪਿਆਰ ਮੁਹੱਬਤ? ਪਿਆਰ ਮੁਹੱਬਤ ਕੋਈ ਕੁਛ ਕਰ ਲਓ ਥੋੜ੍ਹਾ ਬਹੁਤਾ, ਅਸੀਂ ਇੰਨਾ ਸਫ਼ਰ ਕਰਕੇ ਤੁਹਾਡੇ ਕੋਲ ਆਏ ਹਾਂ, ਕੁਛ ਥੋੜ੍ਹਾ ਬਹੁਤਾ ਕਰ ਲਓ, ਸੁਸੀ ਪਿਆਰ ਮੁਹੱਬਤ ਕਰੋ ਅਤੇ ਫਾਈਨਲ ਗੱਲ ਕਰੋ ਜਿੰਨੇ ਦੀ ਮੱਝ ਦੇਣੀ ਹੈ ਜੀ ਫਾਈਨਲ। ਫਾਈਨਲ ਜੀ, ਚਲੋ ਕੋਈ 2-3 ਹਜ਼ਾਰ ਕੱਢ ਦੇ ਦਿਓ ਤੁਸੀਂ, ਇੰਨਾ ਹੀ ਹੋ ਜਾਏਗਾ। ਨਹੀਂ, 2-3 ਹਜ਼ਾਰ ਤਾਂ ਬੱਚਾ ਵੀ ਲੈਂਦਾ ਅੱਜ ਕੱਲ੍ਹ, ਉਹ ਵੀ ਆਉਂਦਾ ਮੈਂ 5 ਥੱਲੇ ਗੱਲ ਨਹੀਂ ਕਰਦਾ। 2-5 ਦੀ ਚੰਗੀ ਲੱਗੇ ਤਾਂ ਮੱਝ ਲੈ ਜਾਓ। 2-5 ਦੀ ਫਾਈਨਲ? ਫਾਈਨਲ, 1 ਰੁਪਈਆ ਘੱਟ ਨਹੀਂ ਹੋਣੀ। ਠੀਕ ਹੋ ਗਿਆ। ਹਾਂਜੀ, ਲਓ ਜੀ ਬਾਈ ਜਾਨ, ਦੂਸਰਾ ਸੂਆ ਸੁਣਿਆ ਮੱਝ ਨੇ। ਪਹਿਲੇ ਸੂਏ 12 ਤੋਂ 13 ਗੜਵੀਆਂ ਦੁੱਧ ਕਰਦੀ ਰਹੀ ਹੈ, ਸਾਫੀ ਦੁੱਧ, ਬੱਚੇ ਨੂੰ ਛੱਡ ਕੇ ਠੰਡਾ ਦੁੱਧ ਜਿਹੜਾ 12 ਤੋਂ 13 ਗੜਵੀਆਂ ਕਹਿ ਰਿਹਾ ਮਾਲਕ, 10 ਤੋਂ 12 ਦਿਨ ਲੈਂਦੀ ਸੂਣ 'ਚ।
2,30,000 रुपया मुल किया है, 2,25,000 की फाइनल दे देंगे। अगर साढ़े किसी वीर भरा ने मझ खरीदनी है, साड़ा राबता नंबर है 0311-65-1132। इस नंबर से साड़ी वट्सअप बनी है। अगर तुहानू साड़ी अज की वीडियो पसंद आई, साड़ी वीडियो में लाइक तो शेयर जरूर करो। जिंदगी री तो मिलेंगे एक नई वीडियो के नाल। अपने मेज़बान फैसल जोईया नूं दिओ इजाज़त। अल्लाह हाफिज़।